কমতে পেয়েছি। রোগটারই কমা ਹੱਥਾਂ ਦੇ ਵਿੱਚ ਡੰਡੇ ਲੈ ਕੇ ਘੁੰਮਦੇ ਬਦਮਾਸ਼ ਜਿਨ੍ਹਾਂ ਦੇ ਵੱਲੋਂ ਦਿਨ ਦਿਹਾੜੇ ਇੱਕ ਦੁਕਾਨ ਦੇ ਵਿੱਚ ਭੰਨਤੋੜ ਕੀਤੀ ਗਈ ਹੈ ਤੇ ਨਾਲ ਹੀ ਦੁਕਾਨਦਾਰ ਦਾ ਵੀ ਡੰਡੇ ਮਾਰ ਮਾਰ ਕੇ ਸਿਰ ਪਾੜ ਦਿੱਤਾ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮੋਬਾਈਲ ਦੀ ਦੁਕਾਨ ਦੇ ਵਿੱਚ ਇਹ ਬਦਮਾਸ਼ ਦਾਖਲ ਹੁੰਦੇ ਨੇ, ਦੁਕਾਨਦਾਰ ਦੇ ਉੱਤੇ ਹਮਲਾ ਕਰਦੇ ਨੇ, ਉਸਦੇ ਸਿਰ ਦੇ ਵਿੱਚ ਡੰਡੇ ਮਾਰਦੇ ਨੇ, ਸਿਰ ਪਾੜ ਦਿੰਦੇ ਨੇ ਤੇ ਦੁਕਾਨ ਵੀ ਪੂਰੀ ਤਰ੍ਹਾਂ ਦੇ ਨਾਲ ਭੰਨ ਦਿੰਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਕਿਸੇ ਰਾਹਗੀਰ ਦੇ ਵੱਲੋਂ ਇਸ ਵਾਰਦਾਤ ਦੀ ਵੀਡੀਓ ਬਣਾਈ ਗਈ ਜੋ ਕਿ ਹੁਣ ਵਾਇਰਲ ਵੀ ਹੋ ਰਹੀ ਹੈ, ਜਿਸ ਵਿੱਚ ਇਹ ਬਦਮਾਸ਼ ਭੱਜਦੇ ਹੋਏ ਨਜ਼ਰ ਆਏ ਨੇ ਜੋ ਕਿ ਬਾਈਕਾਂ ਤੇ ਸਵਾਰ ਹੋ ਕੇ ਆਏ ਅਤੇ ਫਿਰ ਡੰਡੇ ਹੱਥ 'ਚ ਫੜੇ ਹੋਏ ਸਨ ਤੇ ਇਹਨਾਂ ਡੰਡਿਆਂ ਦੇ ਨਾਲ ਹੀ ਦੁਕਾਨ ਤਾਂ ਭੰਨੀ, ਨਾਲ ਹੀ ਦੁਕਾਨਦਾਰ ਦਾ ਸਿਰ ਵੀ ਪਾੜ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਆ ਜਿਸ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ ਹੈ, ਦੁਕਾਨ ਭੰਨੀ ਗਈ ਹੈ, ਦੁਕਾਨਦਾਰ ਨੂੰ ਜ਼ਖਮੀ ਕੀਤਾ ਗਿਆ ਹੈ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਜਲਾਲਾਬਾਦ ਦੇ ਵਿੱਚ ਇਹ ਗੁੰਡਾਗਰਦੀ ਨਜ਼ਰ ਆਈ ਹੈ, ਸਰੇਆਮ ਭਰੇ ਬਾਜ਼ਾਰ ਦੇ ਵਿੱਚ ਹੱਥਾਂ 'ਚ ਡੰਡੇ ਲੈ ਕੇ ਘੁੰਮਦੇ ਬਦਮਾਸ਼ ਨਜ਼ਰ ਆਏ ਨੇ, ਜਿੱਥੇ ਇਹਨਾਂ ਨੇ ਪਹਿਲਾਂ ਤਾਂ ਦੁਕਾਨ ਦੇ ਵਿੱਚ ਦਾਖਲ ਹੋ ਕੇ ਦੁਕਾਨ ਦੀ ਭੰਨਤੋੜ ਕੀਤੀ ਅਤੇ ਦੁਕਾਨਦਾਰ ਦੇ ਸਿਰ 'ਚ ਵੀ ਡੰਡੇ ਮਾਰੇ, ਜਿਸ ਤੋਂ ਬਾਅਦ ਦੁਕਾਨਦਾਰ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਕਿਸੇ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ ਜਿਸ ਕਰਕੇ ਹਮਲਾ ਕੀਤਾ ਗਿਆ ਹੈ। ਫਿਲਹਾਲ ਪੁਲਿਸ ਦਾ ਇਹ ਵੀ ਕਹਿਣਾ ਆ ਕਿ ਉਹਨਾਂ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਦੇ ਵੱਲੋਂ ਵੀ ਇਹ ਹਮਲਾ ਕੀਤਾ ਗਿਆ ਹੈ ਉਹਨਾਂ ਨੂੰ ਜਲਦ ਹੀ ਕਾਬੂ ਵੀ ਕਰ ਲਿਆ ਜਾਏਗਾ। ਸੀਸੀਟੀਵੀ ਫੁਟੇਜ ਵੇਖ ਰਹੇ ਆ, ਜਿਹੜੇ ਜਿਹੜੇ ਬੰਦੇ ਦੀ ਪਛਾਣ ਆਈ ਉਹਦੇ ਤੇ ਕਾਰਵਾਈ ਕਰਾਂਗੇ। ਡੀਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਔਰ ਅਸੀਂ ਐਮਐਲਏ ਸਾਹਿਬ ਨੂੰ ਵੀ ਮਿਲ ਕੇ ਆਇਆ, ਹੁਣ ਸਾਨੂੰ ਉਹਨਾਂ ਨੇ ਵੀ ਪੂਰਾ ਵਿਸ਼ਵਾਸ ਦਵਾਇਆ ਜਿਹੜੀ ਵੀ ਕਾਨੂੰਨੀ ਕਾਰਵਾਈ ਬਣੀ ਅਸੀਂ ਰੋਕੇ। ਸਿਰ ਤੇ ਕੋਈ ਸੱਟਾਂ ਨੇ ਜਿਨ੍ਹਾਂ ਦੇ ਟਾਂਕੇ ਵੀ ਸਿਰ ਤੇ ਲੱਗੇ ਆ ਔਰ ਕੁਝ ਲੱਤ ਤੇ ਸੱਟਾਂ ਨੇ ਤੇ ਕੁਝ ਬਾਅਦ ਵੀ ਲੱਗਦਾ ਸ਼ਾਇਦ ਜਿਵੇਂ ਫ੍ਰੈਕਚਰ ਹੈਗਾ, ਉਹਨਾਂ ਨੂੰ ਇਸ ਤੋਂ ਰੈਫਰ ਕਰ ਦਿੱਤਾ ਗਿਆ। ਬਾਕੀ ਪੁਲਿਸ ਨਾਲ ਗੱਲ ਚੱਲ ਰਹੀ ਹੈ, ਜੋ ਵੀ ਬੰਦੀ ਕਾਰਵਾਈ ਪੁਲਿਸ ਕਰੇਗੀ। ਅਸੀਂ ਤਾਂ ਹਸਪੀਟਲ ਹੀ ਗਏ ਸੀ ਜਦੋਂ ਸਾਨੂੰ ਫੋਨ ਆਇਆ, ਹੁਣ ਉਸ ਤੋਂ ਬਾਅਦ ਆ ਕੇ ਮੌਕੇ ਦਾ ਜਾਇਜ਼ਾ ਲਿਆ। ਕਾਫੀ ਜ਼ਿਆਦਾ ਨੁਕਸਾਨ ਹੈ, ਕੁਝ ਮੋਬਾਈਲ ਵੀ ਉਹ ਮਾਲਕ ਵੱਲੋਂ ਕਹੇ ਜਾ ਰਿਹਾ ਕੁਝ ਗਾਇਬ ਨੇ ਵਿੱਚੋਂ, ਔਰ 7-8 ਬੰਦੇ ਸੀ, 1-2 ਬੰਦਿਆਂ ਦੀ ਕੋਈ ਮਾੜੀ ਮੋਟੀ ਵੈਰੀਫਿਕੇਸ਼ਨ ਜੀ ਲੱਗ ਰਹੀ, ਬਾਕੀਆਂ ਦੀ ਪਛਾਣ ਨਹੀਂ ਆ ਰਹੀ। ਗਾਈ ਅਜੇ ਪੂਰਾ ਕਲੀਅਰ ਨਹੀਂ ਹੈਗਾ ਜੀ, ਸਾਨੂੰ ਵੈਸੇ ਡੀਐਸਪੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ, ਉਹਨਾਂ ਨੇ ਕਿਹਾ ਜਿਹੜੀ ਵੀ ਕਾਰਵਾਈ ਬੰਦੀ ਹੈ ਮੌਕੇ ਤੇ ਕੀਤੀ, ਪਹਿਲਾਂ ਇਹਨੂੰ ਨਹੀਂ ਜਾਣਨਾ ਚੀਜ਼ਾਂ ਬਾਰੇ ਪਤਾ ਜੀ, ਇਹਨਾਂ ਤੋਂ ਜਮਾਤ ਮੌਕੇ ਤੇ ਪਤਾ ਲੱਗੇ, ਮੌਕੇ ਦੀ ਵਾਰਦਾਤ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ। ਬਾਕੀ ਚਲੋ ਸਾਨੂੰ ਪੂਰਾ ਵਿਸ਼ਵਾਸ ਹੈ, ਬਹੁਤ ਮਾੜੀ ਘਟਨਾ ਹੈ ਜੀ, ਨੰਗਾ ਚਿੱਟਾ ਹੀ ਰੇਤ ਚੀਜ਼ ਹੋਈ ਪਈ ਹੈ ਤੁਹਾਡੇ ਸਾਹਮਣੇ ਹੀ, ਤੁਸੀਂ ਆਪ ਹੀ ਫੋਟੋ 'ਚ ਵੇਖੀਆਂ ਨੇ, ਤਲਵਾਰਾਂ ਗੰਡਾਸੇ ਲੈ ਕੇ ਉਹ ਆ ਕੇ ਦੁਕਾਨਦਾਰ ਦੇ ਗੱਲ ਪੈਂਦੇ ਨੇ, ਦੁਕਾਨਦਾਰ ਬਿਲਕੁਲ ਸੇਫ ਨਹੀਂ ਨਜ਼ਰ ਆ ਰਿਹਾ। ਵੱਡੀ ਗੱਲ ਵੀ ਨਾ ਇਹੋ ਜਿਹੀ ਐਗਜ਼ਾਮਪਲ ਡੀ ਐਸ ਪੀ ਕਹਿੰਦੇ ਇਹੋ ਜਿਹੀ ਐਗਜ਼ਾਮਪਲ ਸੈੱਟ ਕਰੋ ਵੀ ਗਾਂ ਤੋਂ ਕੋਈ ਏਡੀ ਹਿੰਮਤ ਨਾ ਕਰੇ, ਔਰ ਜਿਹੜਾ ਕੋਈ ਕਾਰਵਾਈ ਕਰਕੇ ਗਏ 100% ਕਾਰਵਾਈ ਵੀ ਹੋਊਗੀ ਬੰਦੇ ਦੇ ਅੰਦਰ ਦਿੱਤੇ। ਵੱਡੀ ਮਾੜੀ ਗੱਲ ਹੈ ਵੀ ਚਲਦੇ ਐਗਜ਼ਾਮਪਲ ਹੁਣ ਵੀ ਨਾ ਸੈੱਟ ਕਰੇਗੀ, ਫਿਰ ਇਹ ਕੰਟਰੋਲ ਨਹੀਂ ਹੋ ਸਕਦਾ, ਇਸ ਕਰਕੇ ਉਹਨੂੰ ਕੰਟਰੋਲ ਵੀ ਕਰਾਂਗੇ ਔਰ ਐਗਜ਼ਾਮਪਲ ਵੀ ਸੈੱਟ ਕਰੇ। ਕਾਰਵਾਈ ਹੋਏਗੀ ਇਹਨਾਂ ਦਾ ਬਿਆਨ ਆਪ ਕੇ ਲਿਖਾਓ, ਔਰ ਜਿਹੜੀ ਕਾਰਵਾਈ ਇਹਨਾਂ ਨੂੰ ਕਹਿੰਦਾ ਤਾਂ ਪਰਚਾ ਜੀ ਦੇ ਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਸਕਦਾ ਪੁਰਾਣਾ ਝਗੜਾ ਹੋ ਗਿਆ ਜੀ, ਔਰ ਜਿਸ ਵਜ੍ਹਾ ਕਰਕੇ ਜਿਹੜਾ ਮਿਸਐਪਟਿੰਗ ਹੋਈ ਆ, ਜਿਸ ਲੜਕੇ ਨਾਲ ਝਗੜਾ ਸੀਗਾ ਉਹਨੂੰ ਫਾਜ਼ਿਲਕਾ ਰੈਫਰ ਕਰ ਦਿੱਤਾ ਜੀ, ਉਹਦਾ ਬਿਆਨ ਕਲਮਬੰਦ ਕਰਕੇ ਉਹਦੇ ਨੂੰ ਪੁੱਛਗਿੱਛ ਕਰਦੇ ਅਸੀਂ, ਪਰ ਜੋ ਇਹਨਾਂ ਨੇ ਵੀ ਇਹ ਕੀਤਾ ਉਹਨਾਂ ਦੇ ਖਿਲਾਫ਼ ਬਿਲਕੁਲ ਸਖ਼ਤ ਐਕਸ਼ਨ ਲਿਆ ਜਾਵੇਗਾ। ਦੇਖੋ ਜੀ, ਇਹ ਤਾਂ
ਉਹ ਨੈਚੁਰਲੀ ਆ ਵੀ ਜੋ ਲੜਾਈ ਝਗੜੇ ਹੁੰਦੇ ਭੰਨਤੋੜ ਵੀ ਹੁੰਦੀ ਹੈ ਸਾਰਾ ਕੁਛ ਹੁੰਦਾ ਜੀ, ਬਟ ਬਾਅਦ ਦੇ ਵਿੱਚ ਜੋ ਵੀ ਅਸੀਂ ਉਹਨੂੰ ਤਫਤੀਸ਼ ਕਰਕੇ ਜੋ ਵੀ ਮਾੜੇ ਅੰਸਰ ਹੈਗੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ ਤਾਂ ਜੋ ਅੱਗੇ ਤੋਂ ਇਹਨਾਂ ਮਾੜੇ ਅੰਸਰਾਂ ਨੂੰ ਅਸੀਂ ਠੱਲ ਪਾ ਸਕੀਏ ਬਿਨਾਂ ਕਿਸੇ ਸ਼ੱਕ ਦੇ। ਨਿਰਪੱਖ ਜਾਂਚ ਕਰਕੇ ਜਿਨ੍ਹਾਂ ਦਾ ਵੀ ਇਸ ਵਿੱਚ ਹੱਥ ਆ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ, ਇਹ ਭਰੋਸਾ ਦਊਂਗੇ ਜੀ। ਉਹ CCTV ਕੈਮਰਾ ਜਿਹੜੀ ਫੁਟੇਜ ਕਢਾਈ ਆ ਅਸੀਂ, ਔਰ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਕੁੱਝ ਲੜਕੇ ਹੱਥਾਂ 'ਚ ਕੋਈ ਡਾਂਗਾ ਛੋਟੇ ਹੈਗੇ ਨੇ, ਮੂੰਹ ਮੰਨੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਜਲਦੀ ਪਹਿਚਾਣ ਕਰਵਾ ਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ।